ਹੈਲੋ, ਮੇਰਾ ਨਾਮ ਪੰਕਜ ਗਰਗ। ਮੈਂ ਹੈਲਥ ਡਰੋਪਸ, ਦਿਸ ਇਜ਼ ਵਾਜ਼ ਮਾਈ ਸੈਕਿੰਡ ਟਾਈਮ ਇਨ ਯੂਜ਼ਿੰਗ ਦ ਹੈਲਥ ਡਰੋਪਸ, ਲੇਕਿਨ ਜਿਵੇਂ ਫਸਟ ਟਾਈਮ ਵੀ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਸੀ ਅਤੇ ਇਸ ਟਾਈਮ ਵਾਰ ਵੀ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਅਤੇ ਮੈਂ ਹਾਈਲੀ ਰਿਕਮੈਂਡ ਕਰਾਂਗਾ ਜਿਹਨੇ ਵੀ ਵੇਟ ਲੂਜ਼ ਕਰਨਾ ਹੈ ਕਿ ਤੁਸੀਂ ਇਹ ਹੈਲਥ ਡਰੋਪਸ ਯੂਜ਼ ਕਰੋ ਵਿਦਆਊਟ ਐਨੀ ਸਾਈਡ ਇਫੈਕਟਸ, ਇਟ ਰੀਅਲੀ ਵਰਕਸ। ਮੇਰਾ ਸਟਾਰਟਿੰਗ ਦੇ ਵਿੱਚ ਇਸ ਵਾਰ 93.8 ਸੀਗਾ ਅਤੇ ਲਾਸਟ ਵੇਟ ਮੇਰਾ 82 ਕਿਲੋ ਹੋਇਆ, ਤਾਂ ਨੀਅਰਲੀ ਮੈਂ 12 ਕਿਲੋਜ਼ ਲੂਜ਼ ਕੀਤਾ, ਵਿਚ ਵਾਜ਼ ਰੀਅਲੀ ਅਮੇਜ਼ਿੰਗ। ਐਂਡ ਵਿਦਆਊਟ ਈਵਨ ਲਗੇ ਗੋਇੰਗ ਔਨ ਲਗੇ ਨੋ ਫਰੂਟ ਡਾਇਟ ਔਰ ਐਨੀ ਲਗੇ ਬੋਇਲਡ ਵੈਜੀਟੇਬਲ ਡਾਇਟ, ਮੈਂ ਨੋਰਮਲ ਆਪਣਾ ਨੋਰਮਲ ਖਾਣਾ ਖਾਂਦਾ ਸੀਗਾ, ਓਬਵੀਅਸਲੀ ਵਿਦਆਊਟ ਰੋਟੀ, ਵਿਦਆਊਟ ਰਾਈਸ, ਬਟ ਨੋਰਮਲ ਜਿਹੜੀ ਆਪਾਂ ਘਰੇ ਸਬਜ਼ੀ ਬਣਾਉਂਦੇ ਹਾਂ ਉਹੀ ਮੈਂ ਖਾਧੀ ਹੈ, ਤਾਂ ਬਹੁਤ ਵਧੀਆ ਹੈ, ਹਾਈਲੀ ਰਿਕਮੈਂਡਡ ਟੂ ਐਵਰੀ ਵਨ। ਸ਼ਮਾਦਾਨ ਜੀ ਸ਼੍ਰੋਤਿਓ, ਰੇਡੀਓ ਪੰਜਾਬ ਟੂਡੇ ਤੁਸੀਂ ਸੁਣ ਰਹੇ ਪ੍ਰੋਗਰਾਮ ਚੱਲ ਰਿਹਾ ਸ਼ਮਾਦਾਨ, ਅਤੇ ਮੈਂ ਤੁਹਾਡੇ ਨਾਲ ਹਰਮੇਲਪ੍ਰੀਤ। ਸ਼ਮਾਦਾਨ ਦੇ ਵਿੱਚ ਸਾਡੇ ਨਾਲ ਨੇ ਜੀ ਬਖਤੌਰ ਸਿੰਘ ਢਿੱਲੋਂ। ਢਿੱਲੋਂ ਸਾਹਿਬ ਜੀ ਆਇਆਂ ਨੂੰ ਜੀ ਧੰਨਵਾਦ ਜੀ, ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਗਈ ਹੈ ਉਹ, ਔਰ ਇਹਦੇ ਨਾਲ ਅਸੀਂ ਕੱਲ੍ਹ ਦੀਆਂ ਖਬਰਾਂ ਨੇ ਕਿ ਸਿੱਟ ਵੱਲੋਂ ਜੋ ਅਕਾਲੀ ਦਲ ਦੇ ਸਰਬਰਾ ਨੇ ਦੋਵੇਂ ਵੱਡੇ ਛੋਟੇ ਬਾਦਲ, ਉਹਨਾਂ ਨੂੰ ਅਤੇ ਇੱਕ ਫਿਲਮ ਸਟਾਰ ਅਕਸ਼ੇ ਕੁਮਾਰ ਨੂੰ ਸੰਮਨ ਕੀਤਾ ਗਿਆ ਅਗਲੀਆਂ ਕੁਛ ਤਰੀਕਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ। ਅਕਾਲੀ ਦਲ ਦੀ ਕੋਰ ਕਮੇਟੀ ਨੇ ਕਹਿੰਦੇ ਫੈਸਲਾ ਕੀਤਾ ਕਿ ਦੋਵੇਂ ਬਾਦਲ ਜਿਹੜੇ ਨੇ ਉਹ ਸਿੱਟ ਦੇ ਸਾਹਮਣੇ ਹੁਣ ਪੇਸ਼ ਹੋਣਗੇ। ਸੁਖਬੀਰ ਬਾਦਲ ਨੇ ਵੀ ਕਿਹਾ ਕਿ ਅਸੀਂ ਜਾਵਾਂਗੇ ਔਰ ਅਸੀਂ ਆਪਣਾ ਪੱਖ ਰੱਖਾਂਗੇ, ਅਤੇ ਉਹ ਤਾਂ ਕਹਿੰਦੇ ਮੈਂ ਤਾਂ ਪਰਮਾਤਮਾ ਅੱਗੇ ਵੀ ਅਰਦਾਸ ਕੀਤੀ ਕਿ ਰੱਬਾ ਛੇਤੀ ਸਜ਼ਾ ਮਿਲੇ, ਜਿਹੜੇ ਅਸਲ ਦੋਸ਼ੀ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਤੂੰ ਵੀ ਦੇ ਅਤੇ ਸਰਕਾਰ ਵੀ ਦੇਵੇ। ਚਲੋ, ਬਹੁਤ ਵਧੀਆ ਗੱਲ ਹੈ ਕਿ ਪਰਮਾਤਮਾ ਨੂੰ ਬੇਨਤੀ ਕਰਤੀ ਕਿ ਅਸਲ ਦੋਸ਼ੀਆਂ ਨੂੰ ਸਜ਼ਾ ਮਿਲੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਅਸੀਂ ਖੁਸ਼ਾਮਦੀਦ ਕਹਿੰਦੇ ਹਾਂ ਜੀ ਉਹਨਾਂ ਦੇ ਇਸ ਸਟੈਪ ਨੂੰ। ਰਹੀ ਗੱਲ ਜਿਹੜੀ ਹਰਮੇਲ ਜੀ ਇਹ ਖਬਰ ਆਈ ਹੈ ਨਾ ਜੀ ਕਿ ਕੋਰ ਕਮੇਟੀ ਨੇ ਕਹਿ ਦਿੱਤਾ ਬਾਦਲ ਪਰਿਵਾਰ ਨੂੰ ਕਿ ਜੀ ਤੁਸੀਂ ਪੇਸ਼ ਹੋ ਜਾਓ, ਤੇ ਕੋਰ ਕਮੇਟੀ ਕਰਕੇ ਪੇਸ਼ ਹੋ ਰਹੇ ਜੀ। ਇਹ ਅਸਲ ਦੇ ਵਿੱਚ ਇੱਕ ਬਹਾਨਾ ਹੈ, ਇੱਕ ਡਰਾਮਾ ਹੈ। ਇਹ ਗਲਤੀ ਜਿਹੜੀ ਹੋਈਆਂ, ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਨੂੰ ਦਰੁਸਤ ਕਰਨ ਦੀ ਇੱਕ ਕੋਸ਼ਿਸ਼ ਹੈ ਜੀ। ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਇਹਨਾਂ ਘਟਨਾਵਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਲਈ, ਇਹਨਾਂ ਨੂੰ ਪੜਤਾਲਣ ਲਈ, ਚੁਣਨ ਲਈ ਹੁਣ ਤੱਕ 3 ਕਮਿਸ਼ਨ ਜੀ। ਪਹਿਲਾ ਕਮਿਸ਼ਨ ਸੀ ਜਸਟਿਸ ਮਾਰਕੰਡ ਕਾਟੂ ਵਾਲਾ ਜੀ, ਪੀਪਲਸ ਕਮਿਸ਼ਨ। ਪੰਜਾਬ ਦੇ ਵੀ ਕੁਛ ਸਾਰੇ ਜਿਹੜੇ ਹੈਗੇ ਹੈ ਨਾਮਪ੍ਰ ਸ਼ਖਸੀਅਤਾਂ ਨਾਲ ਜੁੜੀਆਂ ਹੋਈਆਂ ਜੀ। ਉਸ ਕਮਿਸ਼ਨ ਨੇ ਵੀ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਆ ਕੇ ਆਪਣਾ ਪੱਖ ਪੇਸ਼ ਕਰਨ। ਇਹਨਾਂ ਨੇ ਕਹਿਤਾ ਸੀ ਕਿ ਅਸੀਂ ਇਸ ਕਮਿਸ਼ਨ ਅੱਗੇ ਜਾਣਾ ਨੀ, ਇਸ ਕਮਿਸ਼ਨ ਨਹੀਂ ਤੈਅ ਜੀ। ਫਿਰ ਇੱਕ ਇਹਨਾਂ ਨੇ ਆਪ ਕਮਿਸ਼ਨ ਬਣਾਇਆ ਸੀ, ਜੋਰਾਵ ਸਿੰਘ ਕਮਿਸ਼ਨ ਜੀ। ਜੋਰਾਵ ਸਿੰਘ ਕਮਿਸ਼ਨ ਨੇ ਤਾਂ ਸੁੱਖ ਨਾਲ ਇਹਨਾਂ ਨੂੰ ਸੱਦਣ ਦੀ ਮੇਰਾ ਗੱਲ ਜਹਿਮਤੀ ਨਹੀਂ ਉਠਾਈ ਵੀ ਤੁਸੀਂ ਆ ਕੇ ਕੁਛ ਦੱਸੋ। ਇੰਨੀ ਗੱਲ ਜ਼ਰੂਰ ਹੈ ਕਿ ਜੋਰਾਵ ਸਿੰਘ ਕਮਿਸ਼ਨ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਸੀ ਜੀ, ਉਹ ਰਿਪੋਰਟ ਨੂੰ ਪੜ੍ਹਨ ਦਾ ਦੂਰ ਉਹਦੇ ਤੇ ਇਹਨਾਂ ਨੇ ਮਿੱਟੀ ਝਾੜ ਲਈ ਦੀ ਮੁਨਾਸਬ ਨਹੀਂ ਸਮਝੀ, ਕਹਿੰਦੇ ਜੀ ਪਈ ਰਹਿਣ ਦਿਓ। ਜੋਰਾਵ ਸਿੰਘ ਦੀ ਰਿਪੋਰਟ ਦੀ ਪ੍ਰਗਤ ਕਿੰਨੀ ਹੋਈ ਹੈ ਕਿ ਜਦੋਂ ਜੋਰਾਵ ਜਸਟਿਸ ਰਣਜੀਤ ਸਿੰਘ ਨੇ ਜਿਸ ਢੰਗ ਦੇ ਨਾਲ ਮਾਮਲੇ ਨੂੰ, ਉਹਦਾ ਪਹਿਲੇ ਦਿਨ ਹੀ ਪਤਾ ਸੀ ਕਿ ਅਸੀਂ ਨਹੀਂ ਇਹਨੂੰ ਮੰਨਦੇ। ਕਹਿੰਦੇ ਵੀ ਇਹ ਕਮਿਸ਼ਨ ਜਿਹੜਾ ਹੈ ਤਾਂ ਕਾਂਗਰਸ ਕਮਿਸ਼ਨ ਹੈ, ਰਣਜੀਤ ਸਿੰਘ ਦੇ ਉੱਤੇ ਇਲਜ਼ਾਮ ਵੀ ਲਾਉਣੇ ਸ਼ੁਰੂ ਕਰਤੇ ਜੀ। ਇਹ ਕਹਿੰਦਾ ਕਿ ਰਣਜੀਤ ਸਿੰਘ ਤੇ ਕੈਪਟਨ ਸਾਹਿਬ ਦਾ ਸ਼ਾਮ ਨੂੰ ਪਿਆਲਾ ਵੀ ਖੜਕਾਉਂਦੇ ਹੈ,
ਇੱਥੋਂ ਤੱਕ ਵੀ ਕਿਹਾ ਕਿ ਜਿਹੜੇ ਰਣਜੀਤ ਸਿੰਘ ਹੋਣੀ ਹੈ ਉਹ ਸੁਖਪਾਲ ਸਿੰਘ ਖਹਿਰਾ ਸਾਹਿਬ ਦੇ ਰਿਸ਼ਤੇਦਾਰ ਹੈ, ਰਿਸ਼ਤੇਦਾਰੀਆਂ ਹੋ ਗਈਆਂ ਆਪਣੀ ਥਾਂ ਦੇ ਉੱਤੇ, ਕੋਈ ਦੋਰਾਵਾ ਨੀ। ਔਰ ਕਿਉਂਕਿ ਜਿਹੜਾ ਇਹ ਇਨਕੁਆਇਰੀ ਕਮਿਸ਼ਨ ਹੁੰਦਾ ਹੈ ਜੀ, ਇਸ ਕਿਸਮ ਦਾ ਜਿਹੜਾ ਸੇਵਾ ਮੁਕਤ ਕਿਸੇ ਆਫਿਸਰ ਤੇ ਆਧਾਰਿਤ ਬਣਾਇਆ ਜਾਏ, ਅਸਲ ਦੇ ਵਿੱਚ ਸਿਵਲ ਅਦਾਲਤ ਵਰਗਾ ਹੁੰਦਾ ਹੈ ਜੀ। ਇਹਦੇ ਕੋਲੇ ਉਹ ਪਾਵਰਾਂ ਨੀ ਹੁੰਦੀਆਂ ਜਿਹੜੀਆਂ ਫੌਜਦਾਰੀ ਅਦਾਲਤ ਕੋਲੇ ਪਾਵਰਾਂ ਹੁੰਦੀਆਂ ਕਿ ਬੰਦੇ ਨੂੰ ਫੜ ਲਿਆ ਜੀ, ਉਹ ਸਮਨ ਕੱਢ ਦਿੰਦੇ ਆ ਕਿ ਤੁਸੀਂ ਆ ਕੇ ਆਪਣੀ ਗੱਲ ਕਹਿ ਲਵੋ ਜੀ। ਜੇ ਬੰਦਾ ਆ ਜੇ ਤਾਂ ਆਪਣੀ ਗੱਲ ਕਹਿ ਲੈਂਦਾ, ਜੇ ਨਾ ਆਵੇ ਤਾਂ ਪ੍ਰੋਵੀਜ਼ਨ ਇਹਨਾਂ ਕੋਲੇ ਉਹ ਵੀ ਹੈਗੀ ਹੈ ਕਿ ਵਾਰੰਟ ਵਗੈਰਾ ਕੱਢ ਦੇਣ ਜੀ, ਪਰ ਕਿਉਂਕਿ ਸੇਵਾ ਮੁਕਤ ਆਫਿਸਰ ਹੁੰਦੇ ਆ ਕਹਿੰਦੇ ਵੀ ਸਾਨੂੰ ਕੀ ਲੋੜ ਆ ਪੰਗਾ ਲੈਣ ਦੀ, ਤੇ ਆ ਮੰਨਿਆ ਜਾਂਦਾ ਕਿ ਜੇ ਕਿਸੇ ਬੰਦੇ ਨੂੰ ਆਪਾਂ ਬੁਲਾਉਣੇ ਆ ਜੀ ਉਹਦੇ ਖਿਲਾਫ਼ ਕੋਈ ਇਲਜ਼ਾਮ ਹੋ ਗਏ, ਪਰ ਉਹ ਪੰਚਾਇਤ ਦੇ ਵਿੱਚ ਵੀ ਇਹੀ ਗੱਲ ਹੁੰਦੀ ਹੈ ਜੀ, ਉਹ ਨਹੀਂ ਆਉਂਦਾ ਤਾਂ ਫਿਰ ਇਹ ਸਮਝਿਆ ਜਾਂਦਾ ਕਿ ਉਹਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ। ਸੋ ਰਣਜੀਤ ਸਿੰਘ ਦੀ ਅਪਰੋਚ ਵੀ ਇਹੀ ਸੀ, ਨਹੀਂ ਆਉਂਦੇ ਤਾਂ ਨਾ ਆਉਣ ਜੀ। ਹੁਣ ਹਾਲਾਤ ਇਹ ਬਣ ਗਏ ਕਿ ਜਿਹੜੀ ਪੁਲਿਸ ਨੇ ਇਹਨਾਂ ਨੂੰ ਸਮਨ ਕੀਤਾ ਐਸ ਆਈ ਪੀ ਨੇ, ਉਹ ਧਾਰਾ 160 CRPC ਜੀ, CRPC ਮਤਲਬ ਕਦੀ ਵੀ ਇਹਨਾਂ ਨੇ ਪ੍ਰੋਸੀਜਰ ਕੋਡ ਕਹਿ ਦਿੰਦੇ ਆ ਪੰਜਾਬੀ ਚ, ਉਹਦਾ ਅਨੁਵਾਦ ਬਣਦਾ ਜਾਬਤਾ ਫੌਜਦਾਰੀ ਜੀ, ਜਾਬਤਾ ਫੌਜਦਾਰੀ ਦੀ ਧਾਰਾ 160 ਦੇ ਤਹਿਤ ਇਹਨਾਂ ਨੂੰ ਕੱਢਿਆ ਗਿਆ ਸਮਨ ਕੇ ਜੀ ਤੁਸੀਂ ਆਓ ਜੀ। ਉਹਦੇ ਤਹਿਤ ਹੈ ਕਿ ਜੇ ਬੰਦਾ ਸੱਦਿਆ ਹੋਇਆ ਨਹੀਂ ਆਉਂਦਾ ਤਾਂ ਫਿਰ ਉਹਦੀ ਗ੍ਰਿਫਤਾਰੀ ਦਾ ਪ੍ਰਬੰਧ ਨਹੀਂ ਹੋ ਸਕਦਾ ਜੀ। ਸੋ ਵੱਡੇ ਬਾਦਲ ਤਾਂ ਬਹੁਤ ਸਿਆਣੇ ਹੈ, ਭਾਵੇਂ ਉਹ ਕੱਲ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਹੈ ਨਹੀਂ ਸੀਗੇ ਜਦੋਂ ਇਹ ਫੈਸਲਾ ਲਿਆ ਇਹਨਾਂ ਨੇ, ਤਬ ਤੋਂ ਜੀ ਉਹ ਤਾਂ ਬਾਹਰ ਸੀ ਕਿਉਂਕਿ ਉਹਨਾਂ ਨੇ ਇੱਕ ਰੱਖਿਆ ਹੋਇਆ ਸੀਗਾ ਜਿਹੜੇ ਰਣਜੀਤ ਸਿੰਘ ਬਰਮਪੁਰਾ ਹੋਰੀ ਕੱਢੇ ਵੀ ਜੇ ਕੱਲ ਨੂੰ ਵਾਪਸ ਲੈਣੇ ਪੈ ਜਾਣ ਤਾਂ ਮੈਂ ਇਹ ਕਹਿੰਦਾ ਵੀ ਬੈਠੋ ਤਾਂ ਜੀ ਉੱਤੇ ਉੱਤੇ ਹੋ ਗਿਆ, ਮੈਂ ਕਿਹੜਾ ਮੀਟਿੰਗ ਦੇ ਵਿੱਚ ਸੀ ਜੀ। ਦੂਜਿਆਂ ਨੇ ਫੈਸਲਾ ਕਰ ਲਿਆ, ਦੂਜੇ ਵਕੀਲ ਵੀ ਹੈਗੇ ਆ ਕਿ ਸਿਆਣੇ ਬੰਦੇ ਉਹਨਾਂ ਦੇ, ਉਹ ਫੈਸਲਾ ਕੀ ਕਰ ਲਿਆ, ਉਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਜੇ ਤਾਂ ਜਾਵਾਂਗੇ ਤਾਂ ਫੜ ਕੇ ਲੈ ਜਾਣਗੇ ਜੀ। ਸੋ ਉਹਨਾਂ ਨੇ ਕਹਿਤਾ ਵੀ ਅਸੀਂ ਹੁਣ ਜਾਵਾਂਗੇ। ਸਵਾਲ ਅਗਲਾ ਫਿਰ ਪੈਦਾ ਹੁੰਦਾ ਹੈ ਹਰਮੇਲ ਜੀ ਜੀ, ਕਿ ਜਿਹੜੇ ਪਹਿਲਾਂ ਕਹਿੰਦੇ ਸੀ ਅਸੀਂ ਰਣਜੀਤ ਸਿੰਘ ਕਮਿਸ਼ਨ ਨੂੰ ਮੰਨਦੇ ਨੀ ਤੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਐਸ ਆਈ ਟੀ ਬਣੀ ਹੋਈ ਹੈ ਜੀ, ਉਹ ਪੂਰੇ ਹੋਏ ਪੇਸ਼ ਹੁੰਦੇ ਹੈ। ਇੱਥੋਂ ਪਤਾ ਲੱਗਦਾ ਕਿ ਅਸਲ ਵਿੱਚ ਜਿਹੜਾ ਨਾ ਸਟੈਂਡ ਦੂਸਰਾ ਹੈ ਕਿ ਜੇ ਸਰਦਾ ਤਾਂ ਸਾਰ ਲਓ, ਕਹਿ ਲਓ ਬਾਈ ਘੱਟ ਹੈ ਜਿੱਥੇ ਨਹੀਂ ਸਰਦਾ ਉੱਥੇ ਜਾਂਦੇ ਰਹੋ, ਕਿਤੇ ਇਹ ਨਾ ਹੋ ਜਾਏ ਕਿ ਆਪਾਂ ਉਹਨੇ ਜਾਣਗੇ ਜਾ ਕੇ ਉੱਥੇ ਆਪਣੀ ਗੱਲ ਕਰਨੀ ਹੈ। ਔਰ ਗੱਲ ਕੀ ਕਰਨੀ, ਉਹਨਾਂ ਨੇ ਕੁਐਸਚਨ ਤਿਆਰ ਕੀਤੇ ਹੋਏ ਹੈ, ਉਹਨਾਂ ਕੁਐਸਚਨ ਦੇ ਆਧਾਰ ਦੇ ਉੱਤੇ ਉਹਨਾਂ ਨੇ ਇਹਨੂੰ ਸਵਾਲ ਪੁੱਛਣਾ ਹੈ। ਅੱਗੇ ਮੈਂ ਥੋੜੀ ਜਿਹੀ ਦੇ ਵਿੱਚ ਜ਼ਿਕਰ ਕਰਨਾ ਚਾਹੂੰਗਾ ਕਿ ਇਹ ਇਹ ਹਾਲਾਤ ਬਣੇ ਕਿਉਂ ਜੀ, ਇਹ ਹਾਲਾਤ ਇਸ ਕਰਕੇ ਬਣੇ ਕਿਉਂਕਿ ਪਹਿਲਾਂ ਸੁਮੇਧ ਸਿੰਘ ਸੈਣੀ ਜਦੋਂ ਸਰਵਿਸ ਚੁਣਦੇ ਸੀ ਉਹ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਏ ਜੀ, ਜਿੱਦਾਂ ਉਹਨਾਂ ਨੇ ਰਿਟਾਇਰ ਹੋਣਾ ਸੀ ਇੱਕ ਦੋ ਦਿਨ ਪਹਿਲਾਂ ਉਹਨਾਂ ਨੇ ਕਮਿਸ਼ਨ ਨੂੰ ਚਿੱਠੀ ਭੇਜੀ, ਮੈਂ ਗੱਲ ਕਹਿਣੀ ਚਾਹੁੰਦਾ, ਕਮਿਸ਼ਨ ਨੇ ਕਹਿੰਦਾ ਗੱਲ ਕਹਿ ਲਓ ਉਹਨੇ ਐਫੀਡੈਫ ਦੇਤਾ ਜੀ, ਐਫੀਡੈਫ ਦੇ ਵਿੱਚ ਉਹਨੇ ਇੱਕ ਜ਼ਿਕਰ ਕਰਤਾ ਕਿ ਰਾਤ ਦੇ 2 ਵਜੇ ਪ੍ਰਕਾਸ਼ ਸਿੰਘ ਬਾਦਲ ਨੇ ਜੀ ਮੇਰੇ ਨਾਲ ਗੱਲ ਕੀਤੀ 14 ਤਾਰੀਖ ਦੇ ਵੱਡੇ ਤੜਕੇ 2 ਵਜੇ ਜੀ, ਤੇ 14 ਤਾਰੀਖ ਨੂੰ ਜਿਹਨੇ ਉੱਥੇ ਬਹਿਬਲ ਕਲਾਂ ਗੋਲੀ ਚੱਲਦੀ ਹੈ, ਕੋਟਕਪੂਰੇ ਰਾਤ ਨੂੰ ਐਕਸ਼ਨ ਹੋ ਗਿਆ ਸੀ ਜੀ, ਤੇ ਉਹ ਜਿਹੜੀ ਸੀਗੀ ਐਵੀਡੈਂਸ ਉਹਨੇ ਦਿੱਤੀ, ਉਹ ਐਵੀਡੈਂਸ ਦੇ ਆਧਾਰ ਦੇ ਉੱਤੇ ਹੁਣ ਐਸ ਆਈ ਟੀ ਨੇ ਜਦੋਂ ਹੋਰ ਪੁੱਛਗਿੱਛ ਕੀਤੀ ਉਹਦੇ ਨਾਲ ਇੱਕ ਗੱਲ ਮਿਲ ਗਈ ਆ ਜੀ, ਉਹ ਮੇਰੇ ਇਹ ਗਈ ਕਿ ਜਦੋਂ ਮਨਤਾਰ ਸਿੰਘ ਬਰਾੜ ਨੂੰ ਪੁੱਛਿਆ ਕਿ ਭਾਈ ਤੂੰ ਦੱਸ ਤੇਰੀ ਕੀ ਗੱਲ ਹੋਈ ਸੀਗੀ ਪ੍ਰਕਾਸ਼ ਸਿੰਘ ਬਾਦਲ ਨਾਲ, ਪਹਿਲਾਂ ਤਾਂ ਮਨਤਾਰ ਸਿੰਘ ਬਰਾੜ ਨੇ ਕਮਿਸ਼ਨ ਕੋਲ ਜਾ ਕੇ ਕਹਿੰਦਾ ਸੀ ਜੀ ਮੈਂ ਕੋਸ਼ਿਸ਼ ਕੀਤੀ ਸੀ ਬਾਦਲ ਸਾਹਿਬ ਨਾਲ ਗੱਲ ਕਰਨ ਦੀ ਜੀ ਜੀ, ਤੇ ਮੇਰਾ ਤਾਲਮੇਲ ਉਹਨਾਂ ਨਾਲ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਉਹਨਾਂ ਦੇ ਕੋਲ ਜੋ ਫੋਨ ਹੈ ਇੱਕ ਬੰਦ ਆ ਰਿਹਾ ਸੀ ਦੂਜਾ ਰਿਸਪੌਂਡ ਨਹੀਂ ਕੀਤਾ ਜੀ, ਫਿਰ ਇੱਕ ਮਿਸਟਰ ਸਿਆਲ ਹੁੰਦੇ ਸੀ ਐਸ ਡੀ ਐਮ ਲੱਗੇ ਹੋਏ ਜੈਤੋਂ ਕੋਟਕਪੂਰੇ ਸੋਰੀ ਕੋਟਕਪੂਰੇ ਡੀ ਟੀ ਓ ਸੀ ਫਰੀਦਕੋਟ ਦੇ ਜੀ, ਉਹਨਾਂ ਨੇ ਕਹਿਤਾ ਕਹਿੰਦੇ ਜੀ ਗੱਲ ਇਹ ਹੈ ਕਿ ਜਿੱਦੇ
ਇਹ ਘਟਨਾ ਵਾਪਰਦੀ ਹੈ ਤੜਕੇ ਵੱਡੇ ਤੜਕੇ ਬਤੌਰ ਐਸ ਡੀ ਮੈਂ ਵੀ ਨਾਲ ਹੀ ਸੀ ਡੀ ਸੀ ਦੇ ਐਸ ਐਸ ਪੀ ਦੇ ਅਸੀਂ ਮਨਤਾਰ ਸਿੰਘ ਬਰਾੜ ਦੇ ਘਰੇ ਸੀ ਜੀ ਤੇ ਸਵੇਰੇ 2 ਵਜੇ ਤੋਂ ਮਗਰੋਂ ਮਨਤਾਰ ਸਿੰਘ ਬਰਾੜ ਨੇ ਕਈ ਵਾਰੀ ਗੱਲ ਕੀਤੀ ਹੈ ਉਹਦੇ ਨਾਲ ਗਗਨਦੀਪ ਸਿੰਘ ਬਰਾੜ ਨਾਲ ਜੀ ਜਿਹੜੇ ਬਾਦਲ ਸਾਹਿਬ ਦੇ ਪੋਲੀਟੀਕਲ ਆਪਣੇ ਪ੍ਰਿੰਸੀਪਲ ਸੈਕਟਰੀ ਹੁੰਦੇ ਸੀਗੇ ਉਸੇ ਦੇ ਫੋਨ ਰਾਹੀਂ ਫਿਰ ਉਹਨੇ ਬਾਦਲ ਸਾਹਿਬ ਨਾਲ ਵੀ ਗੱਲ ਕੀਤੀ ਹੈ ਜੀ ਤੇ ਫਿਰ ਉਹਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਗੱਲ ਕਹੀ ਹੈ ਕਿ ਮੇਰੀ ਬਾਦਲ ਸਾਹਿਬ ਨਾਲ ਗੱਲ ਹੋ ਗਈ ਔਰ ਇਹ ਜਿਹੜੇ ਧਰਨਾਕਾਰੀ ਬੈਠੇ ਆ ਇਹਨਾਂ ਨੂੰ ਉਠਾਉਣ ਵਾਸਤੇ ਬਾਦਲ ਸਾਹਿਬ ਬਣਦੀਆਂ ਹਦਾਇਤਾਂ ਡੀ ਜੀ ਪੀ ਦੇ ਨਾਂ ਹੁਣੇ ਜਾਰੀ ਕਰ ਰਹੇ ਤੇ ਫਿਰ ਤੁਹਾਨੂੰ ਪਤਾ ਵੀ ਉਹਨਾਂ ਹਦਾਇਤਾਂ ਦਾ ਅਸਰ ਕੀ ਹੋ ਗਿਆ ਕੀ ਹਦਾਇਤਾਂ ਹੋਈਆਂ ਕੀ ਨਹੀਂ ਹੋਈਆਂ ਉਹ ਤਾਂ ਬਾਦਲ ਸਾਹਿਬ ਨੂੰ ਪਤਾ ਹੈ ਲੇਕਿਨ ਜੇ ਆਪਾਂ ਅਮਲ ਦੇਖੀਏ ਅਮਲ ਕੀ ਹੁੰਦੇ ਆ ਅਮਲ ਇਹ ਹੁੰਦੇ ਆ ਕਿ ਰਾਤ ਨੂੰ ਡਾਕਟਰੀ ਅਮਲਾ ਵੀ ਫਾਲਣ ਕਰ ਲਿਆ ਕਿ ਕੁਛ ਹੋਣ ਵਾਲਾ ਤੁਸੀਂ ਆ ਜਾਓ ਡਾਕਟਰੀ ਅਮਲੇ ਤੋਂ ਬਾਅਦ ਫਿਰ ਗੋਲੀ ਵੀ ਚੱਲਦੀ ਹੈ ਕੁੱਟ ਕਟਾਪਾ ਵੀ ਹੁੰਦਾ ਸਾਰਾ ਕੁਛ ਹੁੰਦਾ ਔਰ ਇਹ ਜਿਹੜੀਆਂ ਇਹ ਕੱਲ ਹੈ ਕਾਲ ਰਿਕਾਰਡਿੰਗ ਸਾਰੀ ਹੈ ਉਹ ਮਿਲ ਗਈ ਹੈ ਪਤਾ ਲੱਗ ਗਿਆ ਕਿ ਇੱਥੇ ਇੱਥੇ ਗੱਲਾਂ ਹੁੰਦੀਆਂ ਹੁਣ ਇਸ ਆਧਾਰ ਦੇ ਉੱਤੇ ਐਸ ਆਈ ਟੀ ਨੇ ਇਹਨਾਂ ਨੂੰ ਸੰਮਨ ਕਰ ਲਿਆ ਕਿ ਆਓ ਜੀ ਤੁਸੀਂ ਸੰਮਨ ਹੋ ਜਾਓ ਜਾ ਕੇ ਆਪਣੀ ਗੱਲ ਦੱਸੋ ਇੱਕ ਪਾਸੇ ਇਹਨਾਂ ਨੇ ਇਹ ਗੱਲ ਦੱਸਣੀ ਹੈ ਦੂਜੇ ਪਾਸੇ ਅਕਸ਼ੇ ਕੁਮਾਰ ਵਾਲਾ ਐਂਗਲ ਵੀ ਆ ਗਿਆ ਅਕਸ਼ੇ ਕੁਮਾਰ ਦਾ ਐਂਗਲ ਇਹ ਹੈ ਕਹਿੰਦੇ ਵੀ ਅਕਸ਼ੇ ਕੁਮਾਰ ਨੇ ਇੱਕ ਫਿਲਮ ਪਹਿਲਾਂ ਬਣਾਈ ਹੋਈ ਸੀਗੀ ਜੀ ਔਰ ਉਹ ਸਿੱਖੀ ਨਾਲ ਰਿਲੇਟਡ ਫਿਲਮ ਸੀ ਸੁਖਵੀਰ ਸਿੰਘ ਬਾਦਲ ਉਹਦੇ ਨਾਲ ਉਹ ਗੱਲਬਾਤ ਕਰਦਾ ਸੀ ਕਿਉਂਕਿ ਉਹਦੇ ਇਤਰਾਜ਼ਾਤ ਸੀਗੇ ਸ਼੍ਰੋਮਣੀ ਕਮੇਟੀ ਨੂੰ ਕੁਝ ਪੰਥਕ ਸੰਸਥਾਵਾਂ ਨੂੰ ਇਤਰਾਜ਼ਾਤ ਸੀਗੇ ਕਿ ਇਹਦੇ ਕੋਈ ਮਾੜੀ ਮੋਟੀ ਤਬਦੀਲੀ ਕਰਨੀ ਹੈ ਉਸ ਗੱਲਬਾਤ ਦੇ ਵਿੱਚ ਇੱਕ ਨਵੀਂ ਗੱਲ ਨਿਕਲੀ ਕਿਉਂਕਿ ਅਕਸ਼ੇ ਕੁਮਾਰ ਕਹਿੰਦਾ ਜੀ ਆਹ ਵੀ ਹੈਗੀ ਹੈ ਬਾਬੇ ਵਾਲੀ ਫਿਲਮ ਡੇਰਾ ਮੁਖੀ ਵਾਲੀ ਐਮ ਐਸ ਸੀ ਤੇ ਇਹਦੀ ਵੀ ਲੋੜ ਹੈ ਫਿਰ ਕਹਿੰਦੇ ਵੀ ਉਹਦੀ ਸੌਦੇਬਾਜ਼ੀ ਹੋਈ ਹੈ ਰਾਜਦੇਵ ਸਿੰਘ ਵਕੀਲ ਹੈ ਜਿਹੜੇ ਬਰਨਾਲੇ ਦੇ ਤੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਹੁੰਦੇ ਸੀ 1999 ਰਾਜਦੇਵ ਸਿੰਘ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਇਨਕਸ਼ਾਫ ਕੀਤਾ ਸੀ ਕਿ ਸੁਖਬੀਰ ਸਿੰਘ ਬਾਦਲ ਦਾ ਤੇ ਡੇਰਾ ਮੁਖੀ ਦਾ ਅਕਸ਼ੇ ਕੁਮਾਰ ਦੇ ਰਾਹੀਂ ਸਮਝੌਤਾ ਹੋਇਆ ਜੀ ਹੁਣ ਉਹ ਐਂਗਲ ਵੀ ਵਿੱਚ ਆ ਗਿਆ ਉਹ ਐਂਗਲ ਕਿਉਂ ਆਇਆ ਕਿਉਂਕਿ ਜਿਹੜੀ ਆਪਾਂ ਬੇਅਦਬੀ ਵਾਲੀ ਕਹਾਣੀ ਦੇਖੀਏ ਬੇਅਦਬੀ ਵਾਲੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਜੀ ਪਹਿਲਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਡੇਰਾ ਮੁਖੀ ਨੂੰ ਮਾਫ਼ ਕੀਤਾ ਗਿਆ ਡੇਰਾ ਮੁਖੀ ਨੂੰ ਮਾਫ਼ ਕਰਨ ਦੀ ਕਹਾਣੀ ਉਦੋਂ ਬੇਨਕਾਬ ਹੋ ਗਈ ਜਦੋਂ ਤਰਲੋਚਨ ਸਿੰਘ ਦਿੱਲੀ ਵਾਲੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਹੁੰਦੇ ਸੀ ਉਹ ਕਹਿੰਦੇ ਵੀ ਆਹ ਤਾਂ ਚਿੱਠੀ 6 ਸਾਲ ਪਹਿਲਾਂ ਮੇਰੇ ਕੋਲ ਵੀ ਆਈ ਸੀ ਇਹਦਾ ਚਿੱਠੀ ਨੀ ਲਿਖੀ ਜੀ ਔਰ ਉਹ ਤੋਂ ਬਾਅਦ ਫਿਰ ਮਾਫ਼ੀਨਾਮਾ ਹੋ ਗਿਆ ਫਿਰ ਉਹਦਾ ਵਿਰੋਧ ਹੋਇਆ ਫਿਰ ਉਹ ਵਾਪਸ ਲੈ ਲਿਆ ਵਾਪਸ ਲੈਣ ਤੋਂ ਬਾਅਦ ਰਾਜਦੇਵ ਜੀ ਇਹ ਗੱਲ ਕਹਿੰਦੇ ਆ ਕਿ ਫਿਰ ਜਿਹੜੇ ਉਤੇਜਿਤ ਹੋ ਗਏ ਡੇਰੇ ਦੇ ਪ੍ਰੇਮੀ ਕਿ ਸਾਡੇ ਬਾਬੇ ਦੀ ਤਾਂ ਫਿਲਮ ਨੀ ਲੱਗਣ ਦੇ ਤੇ ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਾਲੀ ਜਿਹੜੀਆਂ ਬੇਅਦਬੀ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰਤਾ ਗੁਰਦੇ ਜਵਾਹਰ ਸਿੰਘ ਬਾਲਾ ਤੋਂ ਚੋਰੀ ਕਰਕੇ ਸਰੂਪ ਨੂੰ ਤੇ ਫਿਰ ਜਿਵੇਂ ਅੰਗਾਂ ਦੀ ਚੀਰ ਫੜ ਕੀਤੀ ਉਹ ਆਪਣੇ ਸਾਰਿਆਂ ਦੇ ਸਾਹਮਣੇ ਸੋ ਇਹਨਾਂ ਸਾਰਿਆਂ ਨੂੰ ਹੁਣ ਬੁਲਾਇਆ ਉਹਨੇ ਬੁਲਾ ਕੇ ਕੀ ਕਹਿੰਦੇ ਹੈ ਇਹਨਾਂ ਨੇ ਆਪਣਾ ਪੱਖ ਰੱਖਣਾ ਹੈ ਐਸ ਆਈ ਟੀ ਨੇ ਆਪਣਾ ਪੱਖ ਰੱਖਣਾ ਹੈ ਆਪਣੇ ਰਿਪੋਰਟ ਦੇਣੀ ਹੈ ਕੱਲ ਨੂੰ 14 ਹੈ ਕੱਲ ਨੂੰ ਐਸ ਆਈ ਟੀ ਨੇ ਹਾਈ ਕੋਰਟ ਦੇ ਵਿੱਚ ਆਪਣੀ ਸਟੇਟਸ ਰਿਪੋਰਟ ਪੇਸ਼ ਕਰਨੀ ਹੈ ਲੇਕਿਨ ਇਹਨਾਂ ਨੂੰ ਕਿਉਂਕਿ ਉਸ ਤੋਂ ਬਾਅਦ ਬੁਲਾਇਆ ਬਾਅਦ ਵਿੱਚ ਫਿਰ ਇਹਨਾਂ ਵਾਲੀ ਗੱਲ ਵਿੱਚ ਜੁੜ ਕੇ ਉਹ ਸਾਰੀ ਇਕੱਠੀ ਹੋ ਜਾਣੀ ਹੈ ਜੀ ਜੀ